जिंदगी नूं वधिया तौर तरीकियां नाल बतीत करन लई चंगी किस्मत दा होना जरूरी है, पर किस्मत दा रब तुरों लिख के भेजदा है। जरूरी नहीं हुंदा कि हर किसी की किस्मत चंगी होवे, पर रब किस्मत बदलन लग्या समा भी नहीं लाउंदा। ਉੱਪਰ ਵਾਲੇ ਦੀ ਜਦੋਂ ਰਾਜਾ ਹੋਵੇ ਤਾਂ ਉਹ ਰਾਜੇ ਤੋਂ ਭਿਖਾਰੀ ਤੇ ਭਿਖਾਰੀ ਤੋਂ ਰਾਜਾ ਵੀ ਬਣਾ ਦਿੰਦਾ। ਅਜਿਹੀ ਹੀ ਇੱਕ ਕਿਸਮਤ ਬਦਲਣ ਦੀ ਅਸਲ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ, ਜੋ ਉਹਨਾਂ ਲੋਕਾਂ ਲਈ ਇੱਕ ਮਿਸਾਲ ਬਣ ਗਈ ਹੈ ਜੋ ਜਾਤ ਪਾਤ ਦੇ ਚੱਕਰਾਂ 'ਚ ਫਸ ਕੇ ਜਾਂ ਗਰੀਬ ਲੋਕਾਂ ਨਾਲ ਰਿਸ਼ਤਾ ਜੋੜਨ 'ਚ ਸ਼ਰਮ ਮਹਿਸੂਸ ਕਰਦੇ ਨੇ। ਬੈਡਮਿੰਟਨ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਰਹਿ ਚੁੱਕੀ ਮਨਜੀਤ ਕੌਰ, ਜੋ ਬਰਨਾਲਾ ਦੇ ਕਸਬਾ ਭਦੌੜ 'ਚ ਆਪਣੇ ਪਰਿਵਾਰ ਨਾਲ ਝੁੱਗੀ 'ਚ ਰਹਿ ਕੇ ਛੱਜ ਬਣਾਉਣ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ, ਜਿਸ ਦੇ ਲਈ ਕੈਨੇਡਾ ਤੋਂ NRI ਮਸੀਹਾ ਬਣ ਕੇ ਆਇਆ ਤੇ ਮਨਜੀਤ ਕੌਰ ਨਾਲ ਵਿਆਹ ਕਰਵਾ ਕੇ ਉਸਦੀ ਤੇ ਉਸਦੇ ਪਰਿਵਾਰ ਦੀ ਕਿਸਮਤ ਹੀ ਬਦਲ ਦਿੱਤੀ ਹੈ, ਜੋ ਲੰਮੇ ਸਮੇਂ ਤੋਂ ਗਰੀਬੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਅਜਿਹੇ ਮੌਕੇ ਮਨਜੀਤ ਕੌਰ ਦੱਸਦੀ ਹੈ ਕਿ ਉਸਨੇ ਅਚਾਨਕ ਆਈ ਸਰੀਰਕ ਬਿਮਾਰੀ ਕਾਰਨ ਖੇਡਣਾ ਛੱਡ ਦਿੱਤਾ ਸੀ। ਉਹ ਅੱਜ ਛੱਜ ਬਣਾਉਣ ਦਾ ਪੁਸ਼ਤੈਨੀ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਫਿਰ ਜਿਵੇਂ ਉਸਦੇ ਪਤੀ ਮਹਿੰਦਰ ਸਿੰਘ ਨੇ ਉਸ ਤੱਕ ਪਹੁੰਚ ਕੀਤੀ ਹੈ ਤੇ ਭਾਰਤ ਆ ਕੇ ਉਸ ਨਾਲ ਵਿਆਹ ਕਰਵਾਇਆ ਅਤੇ ਹੁਣ ਉਹ 1 ਮਹੀਨੇ ਤੋਂ ਇਕੱਠੇ ਝੁੱਗੀ 'ਚ ਰਹਿੰਦੇ ਨੇ, ਇਸ ਬਾਰੇ ਆਪ ਹੀ ਸੁਣ ਲਓ ਮਨਜੀਤ ਕੌਰ ਦੇ ਮੂੰਹੋਂ। ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਹੈਰਾਨੀ ਹੈ ਕਿ 7 ਤਰੀਕ ਨੂੰ ਸਿੱਧਾ ਏਅਰਪੋਰਟ ਤੋਂ ਮੇਰੇ ਕੋਲ ਆਈ, ਜਦੋਂ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਕੋਲ ਆਉਣਗੇ। ਇਹਨਾਂ ਨੂੰ ਮੇਰੇ ਕਹਿਣ ਦੇ ਬਾਵਜੂਦ ਵੀ ਇਹ ਮਤਲਬ ਰੁਕੇ ਨਹੀਂ। ਮੈਂ ਕਿਹਾ ਸੀ ਕਿ ਮੇਰੀ ਝੁੱਗੀ ਹੈ ਵੀ ਤੁਹਾਨੂੰ ਮਤਲਬ ਤੁਸੀਂ ਇੱਕ NRI ਹੋ ਹੈ ਨਾ, ਵੀ ਇੱਥੇ ਮੈਂ ਤੁਹਾਨੂੰ ਕਿੱਥੇ ਬਿਠਾਉਂਗੀ ਜਾਂ ਕਿੱਥੇ ਪਾਉਂਗੀ। ਤਾਂ ਇਹਨਾਂ ਨੇ ਫਿਰ ਇਹ ਗੱਲ ਕਹੀ ਸੀ ਮੇਰੇ ਹਸਬੈਂਡ ਨੇ, ਕਹਿੰਦੇ ਵੀ ਜੇ ਤੋ ਧਰਤੀ ਤਾਂ ਹੈਗੀ ਹੈ ਨਾ, ਮੈਂ ਉੱਥੇ ਬੈੱਡ ਲਾ ਕੇ ਸੌਂ ਜੂੰਗਾ, ਵੀ ਤੁਸੀਂ ਇਹ ਨਾ ਕੋਈ ਟੈਨਸ਼ਨ ਲਓ। ਅਤੇ ਉਹ ਸਿੱਧਾ 7 ਤਰੀਕ ਨੂੰ ਮੇਰੇ ਕੋਲ ਆਏ ਆ, ਮੇਰੇ ਕੋਲ ਰਹੇ ਆ, ਅਤੇ 12 ਨੂੰ ਫਿਰ ਅਸੀਂ ਗੁਰਦੁਆਰੇ ਜਾ ਕੇ ਮੈਰਿਜ ਕਰਵਾ ਲਈ ਸੀ। ਅੰਦਰੋਂ ਡਰ ਸੀ ਜੀ ਇੱਕ, ਵੀ ਉਹ ਮਤਲਬ ਉੱਚੀ ਕਾਸਟ ਦੇ ਆ, ਮੈਂ ਕਿੰਨੀਵੀਂ ਕਾਸਟ ਦੇ ਆ, ਪਰ ਫਿਰ ਵੀ ਮੈਨੂੰ ਇੱਕ ਮਤਲਬ ਜਿਵੇਂ ਇੱਕ ਹੌਂਸਲਾ ਜਿਹਾ ਵੀ ਹੁੰਦਾ ਸੀ ਵੀ ਪਰਮਾਤਮਾ ਨੇ ਕਿੱਡੀ ਵੱਡੀ ਦੇਣ ਦਿੱਤੀ ਹੈ ਮੈਨੂੰ, ਵੀ ਰੱਬ ਦੀ ਜੋ ਰਜਾ ਸੀ ਫਿਰ ਉਹਦੇ ਵਿੱਚ ਮੈਨੂੰ ਹੋਇਆ ਵੀ ਹਾਂ ਇਹ ਰੱਬ ਦੀ ਰਜਾ। ਅਤੇ ਨਹੀਂ ਤਾਂ ਹਜੇ ਤੱਕ ਵੀ ਕਦੇ ਕਦੇ ਮੈਨੂੰ ਆਪਣੇ ਆਪ ਨੂੰ ਹੁੰਦਾ ਵੀ ਮੈਂ ਇਹ ਮੇਰੇ ਨਾਲ ਕਿਵੇਂ ਹੋਇਆ ਜੀ, ਵੀ ਚਮਤਕਾਰ ਹੋ ਗਿਆ ਰੱਬ ਦਾ। ਜਿਵੇਂ ਲੋਕ ਕਹਿ ਦਿੰਦੇ ਆ ਰੱਬ ਕਿੱਥੇ ਰੱਬ ਕਿੱਥੇ, ਮੈਨੂੰ ਹੁਣ ਐਂ ਲੱਗਦਾ ਰੱਬ ਮੇਰੇ ਕੋਲ ਹੈ, ਕੋਲੇ ਖੜ ਕੇ ਸੁਣੀ ਆ ਮੇਰਾ। ਕਿ ਮੈਂ ਚਾਹੁੰਦੀ ਹਾਂ ਵੀ ਜੇ ਮੈਂ ਜਿਹੜਾ ਵੀ ਉੱਥੇ ਕੁਛ ਕਰੂੰਗੀ ਵੀ ਪਰਮਾਤਮਾ ਮੈਨੂੰ ਇੰਨੀ ਮਤਲਬ ਇਹ 'ਚ ਹਿੰਮਤ ਬਖਸ਼ੇ ਕਿ ਮੈਂ ਆਪਣੇ ਵਰਗੇ ਗਰੀਬ ਬੱਚਿਆਂ ਦੀ ਹੈਲਪ ਕਰ ਸਕਾਂ, ਉਹਨਾਂ ਨੂੰ ਅੱਗੇ ਲਿਆ ਸਕਾਂ। ਜਿੰਨਾ ਚੱਲ ਜਿੰਨਾ ਦਿੱਤਾ ਰੱਬ ਨੇ ਮੈਨੂੰ ਬਹੁਤ ਦਿੱਤਾ, ਤਾਂ ਮੈਂ ਟਰਾਈ ਕਰਾਂ ਕਿ ਉਹਨਾਂ ਨੂੰ ਮੈਂ ਇਹ ਦੱਬੇ ਕੁਚਲੇ ਜਿਹੜੇ ਕਾਸਟ ਆ ਉਹਨਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂ। ਮੈਨੂੰ ਜੀ ਇੰਨਾ ਖੁਸ਼ੀ ਹੋਈ ਕਿ ਮੈਨੂੰ ਯਕੀਨ ਨਹੀਂ ਸੀ ਕਿ ਉਹ ਮੈਨੂੰ ਇੱਦਾਂ ਮਤਲਬ, ਮੈਂ ਹਜੇ ਘਬਰਾਹਟ ਹੁੰਦੀ ਸੀ ਮੈਨੂੰ ਜਾ ਕੇ, ਅਤੇ ਮੈਂ ਆਪਣੇ ਆਪ ਨੂੰ ਮਤਲਬ ਫੀਲ ਕਰਦੀ ਸੀ, ਨਰਵਸ ਫੀਲ ਕਰਦੀ ਸੀ, ਪਰ ਉਹ ਮੈਨੂੰ ਇੱਦਾਂ ਮਿਲੇ ਜਿਵੇਂ ਮੈਨੂੰ ਐਂ ਲੱਗਿਆ ਵੀ ਮੇਰਾ ਦੂਜਾ ਪੇਕੇ ਘਰ ਆ। ਬੜਾ ਵਧੀਆ ਲੱਗਿਆ ਮੈਨੂੰ। ਮੈਨੂੰ ਹਜੇ ਵੀ ਜਦੋਂ ਮੈਂ ਜਾਂਦੀ ਹਾਂ ਮੈਨੂੰ ਫੀਲ ਨਹੀਂ ਹੁੰਦਾ ਵੀ ਮੈਂ ਪੇਕੇ ਆਈ ਹਾਂ ਕਿ ਸਹੁਰੇ ਹੀ ਹਾਂ, ਮੈਨੂੰ ਐਂ ਲੱਗਦਾ ਮੈਂ ਪੇਕੇ ਆਈ ਹਾਂ। ਬੜਾ ਵਧੀਆ ਜੀ, ਇਹਨਾਂ ਨੇ ਕੋਈ ਕਿਸੇ ਚੀਜ਼ ਤੋਂ ਉਹ ਨਹੀਂ ਕੀਤੀ। ਜਿਹੜਾ ਘਰ 'ਚ ਬਣਿਆ ਮੈਨੂੰ ਕਿਹਾ ਵੀ ਉਹੀ ਦੇਣਾ, ਕੋਈ ਸਪੈਸ਼ਲ ਚੀਜ਼ ਨਹੀਂ ਬਣਾਉਣੀ। ਜੇ ਸਾਡੇ ਘਰ 'ਚ ਚਟਨੀ ਬਣੀ ਹੈ ਤਾਂ ਇਹ ਚਟਨੀ ਨਾਲ ਹੀ ਰੋਟੀ ਖਾਂਦੇ ਆ, ਅਚਾਰ ਪਿਆ ਤਾਂ ਅਚਾਰ ਨਾਲ ਹੀ ਰੋਟੀ ਖਾਂਦੇ ਆ। ਮੈਂ ਜੀ ਬੈਡਮਿੰਟਨ ਦੀ ਪਲੇਅਰ ਹਾਂ, ਔਰ ਮੈਂ ਜਦੋਂ ਤੱਕ ਮੈਨੂੰ ਇਹ ਪ੍ਰੋਬਲਮ ਆਈ ਨਹੀਂ ਸੀ ਉਦੋਂ ਤੱਕ ਮੈਂ ਖੇਡਦੀ ਰਹੀ। ਜਦੋਂ ਮੈਨੂੰ 2009 ਦੇ ਵਿੱਚ ਇਹ ਪ੍ਰੋਬਲਮ ਆਈ ਹੈ ਉਦੋਂ ਫਿਰ ਮੇਰੀ ਗੇਮ ਬੰਦ ਹੋ ਗਈ ਸੀ। ਕਿਸ ਲੈਵਲ ਤੱਕ ਖੇਡੇ ਸੀ? ਨੈਸ਼ਨਲ ਲੈਵਲ ਤੱਕ। ਹਾਂਜੀ। ਅਤੇ ਸਾਨੂੰ ਇੱਦਾਂ ਦਾ ਮਜ਼ਾਕ ਜਿਹਾ ਲੱਗਾ ਸੀ ਵੀ ਜੋ ਵੀ ਕੋਈ ਸਾਡੇ ਨਾਲ ਕਰ ਰਿਹਾ ਨਾ, ਉਹਨਾਂ ਵੀ ਇੱਕ ਤਰ੍ਹਾਂ ਸਾਡਾ ਮਜ਼ਾਕ ਜਿਹਾ ਉਡਾ ਰਹੇ ਆ। ਅਤੇ ਚਲੋ ਇਹਨਾਂ ਨੇ ਸਾਡੇ ਨਾਲ ਕਾਫੀ, ਦੀਦੀ ਜੀ ਉਹਨਾਂ ਨਾਲ ਕਾਫੀ ਟਾਈਮ ਗੱਲ ਕੀਤੀ ਇਹਨਾਂ ਨੇ, ਮਹਿੰਦਰ ਸਿੰਘ ਜੀ ਨੇ, ਅਤੇ ਉਹਨਾਂ ਤੋਂ ਸਾਨੂੰ ਫਿਰ ਵੀ ਸਾਨੂੰ ਮੈਂ ਇੱਕ ਤਰ੍ਹਾਂ ਦਾ ਮਜ਼ਾਕ ਜਿਹਾ ਲੱਗਦਾ ਸੀ। ਚਲੋ ਹੌਲੀ 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 ਇਹਨਾਂ ਨੇ ਗੱਲ ਕੀਤੀ, ਅਤੇ ਜਦੋਂ ਇਹ ਫਿਰ ਕੈਨੇਡਾ ਤੋਂ ਆਏ ਜੀ, ਕੈਨੇਡਾ ਤੋਂ ਆ ਕੇ ਸਿੱਧੇ ਇਹਨਾਂ ਨੇ ਏਅਰਪੋਰਟ ਤੋਂ ਆਪਣੇ ਘਰ ਆਏ ਜੀ ਝੁੱਗੀਆਂ ਦੇ ਵਿੱਚ, ਜਿੱਦਾਂ ਕਿ ਅਸੀਂ ਰਹਿ ਰਹੇ ਹਾਂ, ਸਾਡੇ ਨਾਲ ਹੀ ਰਹੇ ਆ। ਅਤੇ ਫਿਰ ਸਾਨੂੰ ਵੀ ਚਲੋ ਥੋੜ੍ਹਾ ਜਿਹਾ ਹੌਂਸਲਾ ਹੋ ਗਿਆ ਵੀ ਨਹੀਂ ਵੀ ਸੱਚਾ ਬੰਦਾ ਜੀ। ਸਰ ਬਹੁਤ ਵਧੀਆ ਲੱਗ ਰਿਹਾ ਸਾਨੂੰ, ਸਾਨੂੰ ਤਾਂ ਵੈਸੇ ਹਾਲੇ ਤੱਕ ਵੀ ਯਕੀਨ ਜਿਹਾ ਨਹੀਂ ਹੋ ਰਿਹਾ ਵੀ ਕੋਈ ਕੈਨੇਡਾ ਤੋਂ ਆ ਕੇ ਵੀ ਇੰਨਾ ਕੁਛ ਕਿਵੇਂ ਕਰ ਸਕਦਾ। ਅਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸਮਾਂ ਇੱਦਾਂ ਦਾ ਕਿ ਕੋਈ ਆਪਣੇ ਸੱਕੇ ਲਈ ਵੀ ਨਹੀਂ ਕਰਦਾ, ਅਤੇ ਇਹਨਾਂ ਨੇ ਤਾਂ ਫਿਰ ਵੀ ਇੱਥੋਂ ਆ ਕੇ ਸਾਡੀ ਹੈਲਪ ਕੀਤੀ ਹੈ ਨਾ ਜੀ। ਅਤੇ ਵੈਸੇ ਬਹੁਤ ਲੋਕ ਇੱਥੇ ਆਪਣੇ ਵੀ ਭਦੌੜ ਦੇ ਵਿੱਚ ਹੀ ਲਾ ਲਓ, ਬਹੁਤ ਦੂਰ ਤੱਕ ਹੀ ਜਾਣਾ, ਅਤੇ ਵਧੀਆ ਤੋਂ ਵਧੀਆ ਲੋਕ ਬੈਠੇ ਜਿਹੜੇ ਨਹੀਂ ਕਿਸੇ ਦੀ ਵੀ ਹੈਲਪ ਕਰਨਾ ਚਾਹੁੰਦੇ, ਅਤੇ ਫਿਰ ਵੀ ਕੈਨੇਡਾ ਤੋਂ ਆ ਕੇ ਇਹਨਾਂ ਨੇ ਸਾਡੀ ਹੈਲਪ ਕੀਤੀ ਜੀ, ਬਹੁਤ ਸ਼ੁਕਰਗੁਜ਼ਾਰ ਇਹਨਾਂ ਦਾ ਜੀ। ਕੈਨੇਡਾ ਤੋਂ ਆਏ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਅੰਗਰੇਜ਼ੀ ਅਖਬਾਰ 'ਚ ਮਨਜੀਤ ਕੌਰ ਬਾਰੇ ਪੜ੍ਹਿਆ ਸੀ, ਜਿਸ ਦੇ ਬਾਅਦ ਉਸਨੇ ਮਨਜੀਤ ਕੌਰ ਦੀ ਮਦਦ ਕਰਨ ਦਾ ਮਨ ਬਣਾ ਲਿਆ। ਪਹਿਲਾਂ ਪੈਸੇ ਭੇਜੇ, ਪਰ ਜਦੋਂ ਉਸਨੂੰ ਲੱਗਿਆ ਕਿ ਇਹਨੇ ਨਾਲ ਵੀ ਮਨ ਦੀ ਸੰਤੁਸ਼ਟੀ ਨਹੀਂ ਹੋਈ ਤਾਂ ਖੁਦ ਆਪਣੇ ਆਪ ਨੂੰ ਮਨਜੀਤ ਕੌਰ ਦੇ ਸਾਹਮਣੇ ਪੇਸ਼ ਕਰ ਦਿੱਤਾ ਵਿਆਹ ਕਰਵਾਉਣ ਲਈ। ਹੁਣ ਦੋਵਾਂ ਦਾ ਵਿਆਹ ਹੋ ਚੁੱਕਿਆ ਤੇ ਮਨਜੀਤ ਕੌਰ ਨੂੰ ਕੈਨੇਡਾ ਲਿਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਅਖਬਾਰ ਸੀਗਾ, ਉਹਦੇ ਵਿੱਚ ਕੋਈ ਫੋਨ ਨੰਬਰ ਵਗੈਰਾ ਕੁਛ ਨਹੀਂ ਸੀਗਾ। ਫਿਰ ਮੈਂ ਆਪਣੇ ਪਿੰਡ ਢਪਾਲੀ ਫੋਨ ਕੀਤਾ, ਆਪਣੇ ਕਜ਼ਨ
सीरा मेरे ताया जी का लड़का उन्होंने उन्होंने दस्या भी तुम अपने पदौड़ की कुड़ी है कोई मनजीत कौर बैडमिंटन खिडार ना भी उन्होंने को जाओ उ लभो उन्होंने कितने रेंदे भी आप उन्होंने मदद करनी है। तो फिर वो आए टपाली तो इतने अपने पदौड़ आ गए फिर उन्होंने लभ लिया क्योंकि इन्हों का ना सीगा इतने पिंड जानते भी खिडारन करके। तो फिर उन्होंने मैनू इन्हों का नंबर दिता इन्हों इन्हों तो पुछ के भी नंबर दे सकते हैं उन्होंने दसा भी मेरे चाचा जी का लड़का भी वो थोड़ी मदद करनी चाहता। फिर उतों उधरों फिर मैं फोन किया इन्हों मैं भी ऐं थोड़ी मदद करनी है तो भी पैसा भी भेजा इन्हों। तो फिर दो चार गल दो चार दिन गल् बात चल दे रही इदा हाँ जी। तो उदू बाद फिर मैं इन्हों ये सोचा मैं आख भी थोनू भी एक साथ की लौड़ है भी हूँ पैसा तो कि चर चलूगा भी होर भी भेज देंगे भी पर जी हम थोड़ी उम्र है ना भी थोड़ा एक जीवन साथी की लौड़ है। फिर इन्होंने कहा भी साढ़े ना भी कौन विह कराऊगा अभी तो साड़ी जात सज घाड़े हैं नीवी जात है तो तुम कनेडा तो है। फिर मैं इन्हू क्या मैं थोड़ी हाँ होनी चाहिए भी तुम हाँ करोगे तो विह कराने तो भी मैं कराऊंगा थोड़े नाल। तो फिर इन्होंने फैसला ले लिया हाँ करती दो चार दिन बाद। तो उस तो बाद फिर असी हर आलमोस्ट हर रोज़ ही तड़के अपने गल्लां बातें करते रहते कि इन्होंने फोन कर लेना कि मैं कर लेना असी 14 महीने गल्लां बातें करते रहे। अजोके समय च इंसानियत इस कदर मर चुकी है कि लोग एक दूजे दे दुश्मन बन गए ने। गरीब दिनों दिन गरीब हो रहा है ते अमीर दिनों दिन अमीर। अजे हालातां च मनजीत कौर नूं NRI वलों हम सफर चुनना तपदे रेगिस्तान च आए ठंडे हवा दे बुल्ले बराबर है। पंजाब च जियां हजारां मनजीत कौरां ने जो हालातां तो मजबूर हो के नरक दी जिंदगी बतीत कर रहियां ने। लोड़ है इस NRI तो सेध लै के अजिहे NRI होर अगे आउण ते अजियां कुड़ियां दी बांह फड़न तां जो कटिया समाज नूं बेहतर बनाया जा सके। हकीकत टीवी पंजाबी लई बरनाला तो राजेश गोयल की रिपोर्ट।